ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਰੇਸ਼ਮ ਸਿੱਧੂ, ਤੁਸੀਂ ਦੇਖ ਰਹੇ ਹੋ KL ਫਾਸਟ ਨਿਊਜ਼। ਮਾਤਾ ਹਰਕੀ ਦੇਵੀ ਸਿੱਖਿਆ ਸੰਸਥਾਨ ਔਡਾ 'ਚ ਸਰਸਾ ਪ੍ਰਾਈਵੇਟ ਸਕੂਲ ਐਸੋਸੀਏਸ਼ਨ ਅਤੇ ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਇੰਸ ਵੱਲੋਂ ਸਾਂਝੇ ਤੌਰ 'ਤੇ ਥੀਮ ਪੈਸ਼ਨ ਟੂ ਪ੍ਰੋਫੈਸ਼ਨ ਦਾ ਰਾਸ਼ਟਰੀ ਸਤਰ ਦਾ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਇਸ ਪ੍ਰੋਗਰਾਮ ਵਿੱਚ ਸਰਸਾ ਦੇ ਜ਼ਿਲ੍ਹਾ ਪਰਿਸ਼ਦ ਚੇਅਰਮੈਨ ਕਰਨ ਚੌਟਾਲਾ ਅਤੇ ਨੈਸ਼ਨਲ ਇੰਡੀਪੈਂਡੈਂਟ ਸਕੂਲ ਅਲਾਇੰਸ ਦੇ ਰਾਸ਼ਟਰੀ ਅਧਿਆਪਕ ਡਾਕਟਰ ਕੁਲਭੂਸ਼ਣ ਸ਼ਰਮਾ ਨੇ ਮੁੱਖ ਅਤਿਥੀ ਦੇ ਤੌਰ 'ਤੇ ਸ਼ਿਰਕਤ ਕੀਤੀ। ਚੇਅਰਮੈਨ ਕਰਨ ਚੌਟਾਲਾ ਨੇ ਸਿੱਖਿਆ ਅਤੇ ਸੰਸਕ੍ਰਿਤੀ ਨੂੰ ਬਚਾਉਣ ਵਾਲੇ ਅਧਿਆਪਕ ਵਰਗ ਨੂੰ ਵਧਾਈ ਸੰਦੇਸ਼ ਦਿੰਦੇ ਹੋਏ ਕਿਹਾ ਕਿ ਚੌਧਰੀ ਓਮ ਪ੍ਰਕਾਸ਼ ਚੌਟਾਲਾ ਜੀ ਦੀ ਵੀ ਇਹੀ ਸੋਚ ਰਹੀ ਹੈ ਕਿ ਪੇਂਡੂ ਖੇਤਰ 'ਚ ਲੜਕੀਆਂ ਦੀ ਸਿੱਖਿਆ ਵਿੱਚ ਵਾਧਾ ਕੀਤਾ ਜਾਵੇ ਅਤੇ ਅੱਜ ਮਾਤਾ ਹਰਕੀ ਦੇਵੀ ਸਿੱਖਿਆ ਸੰਸਥਾਨ ਵੀ ਸਿੱਖਿਆ ਦੇ ਖੇਤਰ 'ਚ ਆਪਣੀਆਂ ਅਮਿੱਟ ਯਾਦਾਂ ਛੱਡ ਰਿਹਾ ਹੈ। ਪ੍ਰੋਗਰਾਮ ਦੀ ਸੰਯੋਜਕਾ ਮਾਤਾ ਹਰਕੀ ਦੇਵੀ ਗਰੁੱਪ ਆਫ ਇੰਸਟੀਟਿਊਟ ਦੀ ਡਾਇਰੈਕਟਰ ਡਾਕਟਰ ਕੁਲਦੀਪ ਕੌਰ ਆਨੰਦ, ਸੰਸਥਾ ਦੇ ਸਚਿਵ ਸਰਦਾਰ ਮੰਦਰ ਸਿੰਘ ਸਰਾਂ ਵੱਲੋਂ ਮੁੱਖ ਅਤਿਥੀਆਂ ਦਾ ਸਵਾਗਤ ਕੀਤਾ ਗਿਆ। ਪੂਰੇ ਪ੍ਰੋਗਰਾਮ ਨੂੰ ਦੋ ਭਾਗਾਂ 'ਚ ਵੰਡਿਆ ਗਿਆ। ਇਸ ਦੌਰਾਨ ਮੁੱਖ ਅਤਿਥੀ ਕਰਨ ਚੌਟਾਲਾ ਵੱਲੋਂ ਮਾਤਾ ਹਰਕੀ ਦੇਵੀ ਮਹਿਲਾ ਕਾਲਜ 'ਚ ਕਮਰਸ ਫਾਊਂਡੇਸ਼ਨ ਲੈਬ ਦਾ ਉਦਘਾਟਨ ਵੀ ਕੀਤਾ ਗਿਆ। ਪ੍ਰੋਗਰਾਮ ਦਾ ਮੁੱਖ ਉਦੇਸ਼ ਸਾਰੇ ਸਕੂਲਾਂ ਦੇ ਪ੍ਰਿੰਸੀਪਲ ਨੂੰ ਇੱਕ ਮੰਚ 'ਤੇ ਲਿਆ ਕੇ ਨਵੀਂ ਸਿੱਖਿਆ ਨੀਤੀ ਨਾਲ ਜਾਣਕਾਰੀ ਜਾਣੂ ਕਰਵਾਉਣਾ ਅਤੇ ਨਵੀਂ ਐਜੂਕੇਸ਼ਨ ਪਾਲਿਸੀ ਆਉਣ ਵਾਲੇ ਸਮੇਂ 'ਚ ਕਿਵੇਂ ਕਾਰਗਰ ਸਾਬਤ ਹੋ ਸਕਦੀ ਹੈ, ਇਸ ਤੋਂ ਇਲਾਵਾ ਨਵੀਂ ਸਿੱਖਿਆ ਨੀਤੀ ਸਿੱਖਿਆ ਦੀਆਂ ਜੜ੍ਹਾਂ ਕਿਵੇਂ ਮਜ਼ਬੂਤ ਕਰ ਸਕਦੀ ਹੈ, ਬੱਚਿਆਂ ਨੂੰ ਕਿਵੇਂ ਵਧੀਆ ਸਿੱਖਿਆ ਦਿੱਤੀ ਜਾਵੇ ਅਤੇ ਉਹਨਾਂ ਨੂੰ ਆਧੁਨਿਕ ਤਕਨੀਕਾਂ ਨਾਲ ਉਹਨਾਂ ਦੇ ਸਰਵਾਂਗੀਣ ਦਾ ਵਿਕਾਸ ਕੀਤਾ ਜਾਵੇ, ਇਸ ਦੇ ਨਾਲ ਨਾਲ ਅਧਿਆਪਕਾਂ ਨੂੰ ਸਿੱਖਿਆ ਟ੍ਰੇਨਿੰਗ ਪ੍ਰੋਗਰਾਮਾਂ ਨਾਲ ਜੋੜ ਕੇ ਸਿੱਖਿਆ ਨੀਤੀ ਦੇ ਜੁੜਾਵ ਲਈ ਤਿਆਰ ਕਰਨ ਲਈ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰੋਗਰਾਮ 'ਚ ਅੱਜ ਦਾ ਬਹੁਤ ਹੀ ਅਹਿਮ ਮੁੱਦਾ ਮਾਨਸਿਕ ਤਣਾਅ, ਜਿਸ ਦੀ ਵਜ੍ਹਾ ਕਰਕੇ ਬੱਚੇ ਆਤਮ ਹੱਤਿਆ ਵਾਲੇ ਰਾਹ 'ਤੇ ਕਦਮ ਵਧਾ ਰਹੇ ਹੈ, ਇਹਨਾਂ ਗੱਲਾਂ ਨੂੰ ਧਿਆਨ 'ਚ ਰੱਖਦੇ ਹੋਏ ਚਿੰਤਨ ਕੀਤਾ ਗਿਆ। ਪ੍ਰੋਗਰਾਮ 'ਚ ਬੇਟੀ ਪੜ੍ਹਾਓ ਬੇਟੀ ਬਚਾਓ, ਬੇਟੀ ਨੂੰ ਸ਼ੋਸ਼ਣ ਤੋਂ ਬਚਾਓ ਨਾਮਕ ਮੁਹਿੰਮ ਚਲਾਉਣ ਵਾਲੀ NGO, ਏਕ ਸੋਚ ਦੇ ਫਾਊਂਡਰ ਮਿਸ ਅਨਾਮਿਕਾ ਸੰਧੂ, ਏਸ਼ੀਅਨ ਐਸੋਸੀਏਸ਼ਨ ਆਫ NLP ਦੇ ਮੈਂਬਰ ਅਤੇ ਲਾਈਫ ਸਕਿੱਲ ਕੋਚ ਡਾਕਟਰ ਅਮਨ ਗਰੋਵਰ, ਆਰਟ ਆਫ ਲਿਵਿੰਗ ਦੇ ਸੰਸਥਾਪਕ ਮਿਸਟਰ ਸੁਮੀਤ ਮਹਾਜਨ, CBSE ਦੇ ਪ੍ਰਸਿੱਧ ਪ੍ਰਚਾਰਿਆ ਡਾਕਟਰ ਰਾਕੇਸ਼ ਸਚਦੇਵਾ ਨੇ ਮੁੱਖ ਬੁਲਾਰੇ ਦੇ ਤੌਰ 'ਤੇ ਸ਼ਾਮਲ ਹੋ ਕੇ ਆਪਣੇ ਵਿਚਾਰ ਸਾਂਝੇ ਕੀਤੇ। ਤਕਨੀਕੀ ਸਤਰ ਦੇ ਗਰੁੱਪ ਡਿਸਕਸ਼ਨ 'ਚ 3 ਪੈਨਲ ਬਣਾਏ ਗਏ, ਜਿਸ ਦੇ ਵਿੱਚ ਪੋਕਸੋ, ਮੈਂਟਲ ਹੈਲਥ ਐਂਡ ਵੈਲਨੈਸ ਅਤੇ ਨੈਸ਼ਨਲ ਐਜੂਕੇਸ਼ਨ ਪਾਲਿਸੀ ਨਾਮਕ ਵਿਸ਼ਿਆਂ 'ਤੇ ਚਰਚਾ ਕੀਤੀ ਗਈ। ਦੂਜੇ ਤਕਨੀਕੀ ਸਤਰ 'ਚ ਕੋਰੀਓਗ੍ਰਾਫੀ ਅਤੇ ਨੁੱਕੜ ਨਾਟਕਾਂ ਦੇ ਮਾਧਿਅਮ ਨਾਲ ਆਪਣੀ ਬੁਲੰਦ ਆਵਾਜ਼ ਨਾਲ TV ਕਲਾਕਾਰ ਸੰਜੀਵ ਸ਼ਾਦ ਵੱਲੋਂ ਸ਼ਾਨਦਾਰ ਪ੍ਰਸਤੁਤੀ ਕੀਤੀ ਗਈ। ਇਸ ਪ੍ਰੋਗਰਾਮ ਵਿੱਚ ਪੂਰੇ ਭਾਰਤ ਦੇ ਲਗਭਗ 400 ਤੋਂ ਜ਼ਿਆਦਾ ਪ੍ਰਿੰਸੀਪਲਾਂ ਨੇ ਆਪਣੀ ਹਾਜ਼ਰੀ ਭਰੀ। ਪ੍ਰੋਗਰਾਮ 'ਚ ਸਿੱਖਿਆ ਦੇ ਖੇਤਰ ਨਾਲ ਬਿਹਤਰ ਕੰਮ ਕਰਨ ਵਾਲੇ ਅਧਿਆਪਕ ਵਰਗ ਨੂੰ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਤੇ ਆਊਟਸਟੈਂਡਿੰਗ ਸਕੂਲ ਲੀਡਰ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ। ਲਾਈਫ ਟਾਈਮ ਅਚੀਵਮੈਂਟ ਅਵਾਰਡ ਮਿਲਣ ਵਾਲੇ ਮੰਡੀ ਡੱਬਵਾਲੀ ਤੋਂ ਹਰੀ ਪ੍ਰਕਾਸ਼ ਸ਼ਰਮਾ, ਕੇਰਵਾਲਾ ਤੋਂ ਰਾਮਜੀ ਲਾਲ ਗੁਦਾਰਾ, ਰਾਣੀਆਂ ਤੋਂ ਭਗਵਾਨ ਦਾਸ ਖੁਰਾਣਾ, ਰਤੀਆ ਤੋਂ ਤਰਸੇਮ ਜਿੰਦਲ, ਕਾਲਾਂਵਾਲੀ ਤੋਂ ਨਛੱਤਰ ਸਿੰਘ ਸਰਾਂ, ਪੰਜੂਆਣਾ ਤੋਂ ਮੀਨੂ ਰਾਣੀ ਮਹਿਤਾ ਨੂੰ ਲਾਈਫ ਟਾਈਮ ਅਚੀਵ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ।
ਪ੍ਰੋਗਰਾਮ ਦੀ ਸਮਾਪਤੀ 'ਤੇ ਜ਼ਿਲ੍ਹਾ ਪ੍ਰਧਾਨ ਪੰਕਜ ਸਿਡਾਣਾ ਨੇ ਪ੍ਰੋਗਰਾਮ 'ਚ ਪਹੁੰਚੇ ਮਹਿਮਾਨਾਂ ਦਾ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਪ੍ਰੋਗਰਾਮ 'ਚ ਡੱਬਵਾਲੀ ਦੇ ਸਾਬਕਾ ਵਿਧਾਇਕ ਡਾਕਟਰ ਸੀਤਾਰਾਮ, JCD ਵਿਦਿਆਪੀਠ ਦੇ ਰਜਿਸਟਰਾਰ ਡਾਕਟਰ ਸੁਧਾਂਸ਼ੂ ਗੁਪਤਾ ਸਮੇਤ ਦੇਸ਼ ਦੇ ਕੋਨੇ ਕੋਨੇ ਤੋਂ ਪ੍ਰਿੰਸੀਪਲ ਸ਼ਾਮਲ ਹੋਏ। ਇਸੇ ਦੌਰਾਨ ਪ੍ਰੋਗਰਾਮ 'ਚ ਸ਼ਾਨਦਾਰ ਰੰਗਾਰੰਗ ਪ੍ਰੋਗਰਾਮ ਦਾ ਆਯੋਜਨ ਵੀ ਕੀਤਾ ਗਿਆ। ਜੋ